ਇਸ ਤਰ੍ਹਾਂ ਸਾਥੀਓ ਤੁਸੀਂ ਜਾਣਿਆ ਪਾਰਟ 1 ਦੇ ਵਿੱਚ ਕਿ ਇੱਕ ਸੋਲਰ ਪੰਪ ਲਾਉਣ ਦੀ ਸਕੀਮ ਆਈ ਹੈ ਪੰਜਾਬ ਸਰਕਾਰ ਵੱਲੋਂ ਜਿਦੇ ਵਿੱਚ ਆਪਾਂ ਫਾਰਮ ਭਰਨੇ ਆ 27 ਜੁਲਾਈ 2020 ਦੀ ਸ਼ਾਮ 4 ਵਜੇ ਤੱਕ 4500 ਕਨੈਕਸ਼ਨ ਹੈ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਇਹ ਦਿੱਤੇ ਜਾਣੇ ਆ ਤੇ ਉਹਨਾਂ ਕਿਸਾਨਾਂ ਨੂੰ ਇਹ ਮਿਲਨੇ ਆ ਜਿਨ੍ਹਾਂ ਦੇ ਕੋਲੇ ਪਹਿਲਾਂ ਬਿਜਲੀ ਦਾ ਕੋਈ ਪੀਐਸਪੀਸੀਐਲ ਦਾ ਕਨੈਕਸ਼ਨ ਨਹੀਂ ਹੈਗਾ ਹੁਣ ਇਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਵੀ ਕਿਸਾਨ ਦੇ ਕੋਲੇ ਇੱਕ ਦੇ ਕੋਲੇ ਜ਼ਮੀਨ ਨਹੀਂ ਹੈ ਨਾ ਤਾਂ ਦੋ ਕਿਸਾਨ ਰਲ ਕੇ ਆਪਣੀ ਜ਼ਮੀਨ ਪੂਰੀ ਕਰ ਸਕਦੇ ਆ ਪਰੰਤੂ ਉਹਦੇ ਵਿੱਚ ਕੀ ਹੈ ਕਿ ਜਿਹੜਾ ਤੁਸੀਂ ਫਾਰਮ ਭਰੋਗੇ ਜਾਂ ਜਿਹੜਾ ਤੁਸੀਂ ਸਰਟੀਫਿਕੇਟ ਲੈਣਾ ਹੈ ਤਾਂ ਉਹਦੇ ਉੱਪਰ ਪਟਵਾਰੀ ਦੇ ਸਰਟੀਫਿਕੇਟ ਤੇ ਪੀਐਸਪੀਸੀਐਲ ਦੇ ਸਰਟੀਫਿਕੇਟ ਤੇ ਜਾਂ ਅਸੀਂ ਇਹਦੀ ਜਗ੍ਹਾ ਤੇ ਇੱਕ ਆਪਣਾ ਹਲਫੀਆ ਬਿਆਨ ਦੇ ਸਕਦੇ ਹਾਂ ਉਹ ਸਾਰੇ ਕਿਸਾਨਾਂ ਦੇ ਨਾਮ ਹੋਣੇ ਚਾਹੀਦੇ ਆ ਦੂਸਰੀ ਗੱਲ ਪਰਿਵਾਰ ਕੀ ਹੈ ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਸੀ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਕਿਸੇ ਦੇ ਨਾਮ ਤੇ ਬਿਜਲੀ ਦਾ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਮੋਟਰ ਦਾ ਕਨੈਕਸ਼ਨ ਮਤਲਬ ਕਿ ਮੋਟਰ ਦਾ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਤਾਂ ਪਰਿਵਾਰ ਦਾ ਮਤਲਬ ਇਹ ਹੈਗਾ ਕਿ ਪਤੀ ਪਤਨੀ ਤੇ ਕੁਵਾਰੇ ਬੱਚੇ ਇਹਨੂੰ ਇੱਕ ਪਰਿਵਾਰ ਕਿਹਾ ਗਿਆ ਹੈ ਕੁਵਾਰੇ ਬੱਚੇ ਸ਼ਬਦ ਵਰਤਿਆ ਗਿਆ ਇਹਨਾਂ ਵੱਲੋਂ ਬਾਲਗ ਬੱਚੇ ਸ਼ਬਦ ਨਹੀਂ ਵਰਤਿਆ ਗਿਆ ਤਾਂ ਫਿਰ ਜਿਹੜਾ ਪੂਰਾ ਪਰਿਵਾਰ ਹੈ ਉਹ ਇੱਕ ਪਰਿਵਾਰ ਇੱਕ ਨਾਮ ਤੇ ਹੀ ਅਪਲਾਈ ਕਰੇਗਾ ਜੇ ਇੱਕ ਪਰਿਵਾਰ ਇੱਕ ਤੋਂ ਵੱਧ ਕਨੈਕਸ਼ਨ ਅਪਲਾਈ ਕਰ ਦਿੰਦਾ ਤਾਂ ਪੈਡਾ ਨੂੰ ਇਹਦੇ ਬਾਰੇ ਪਤਾ ਲੱਗ ਜਾਂਦਾ ਪੰਜਾਬ ਸਰਕਾਰ ਨੂੰ ਇਹਦੇ ਬਾਰੇ ਪਤਾ ਲੱਗ ਜਾਂਦਾ ਤਾਂ ਤੁਹਾਡੀਆਂ ਸਾਰੀਆਂ ਐਪਲੀਕੇਸ਼ਨ ਰਿਜੈਕਟ ਕਰ ਦਿੱਤੀਆਂ ਜਾਣਗੀਆਂ ਤੇ ਜਿਹੜੀ ਰਕਮ ਜਮ੍ਹਾਂ ਕੀਤੀ ਹੈ ਉਹ ਉਹ ਜ਼ਬਤ ਕਰ ਲਈ ਜਾਊਗੀ ਉਹ ਤੁਹਾਨੂੰ ਵਾਪਸ ਨਹੀਂ ਹੋਣੀ ਮਤਲਬ ਕਿ ਜੇਕਰ ਤੁਸੀਂ ਸਰਕਾਰ ਨੂੰ ਧੋਖਾ ਦੇਣਾ ਚਾਹੋਗੇ ਤਾਂ ਆਪਣੀ ਰਕਮ ਵੀ ਜ਼ਬਤ ਕਰਵਾ ਲਓਗੇ ਇਸ ਤੋਂ ਅੱਗੇ ਸੋਲਰ ਪੰਪ ਉਹਨਾਂ ਕਿਸਾਨਾਂ ਨੂੰ ਲਾਟ ਨਹੀਂ ਕੀਤੇ ਜਾਣਗੇ ਜਿਨ੍ਹਾਂ ਨੇ ਖੁਦ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਹੀ 3 ਹਸਪਾਵਰ ਜਾਂ ਉਸ ਤੋਂ ਵੱਧ ਸਮਰੱਥਾ ਦੇ ਸੋਲਰ ਪੰਪ ਕਿਸੇ ਸਰਕਾਰੀ ਵਿਭਾਗ ਪੈਡਾ ਜਾਂ ਨਬਾਰ ਤੋਂ ਲਗਵਾਏ ਹਨ ਜੇ ਤੁਸੀਂ ਪਹਿਲਾਂ ਇਸ ਸਕੀਮ ਦੇ ਸੋਲਰ ਪੰਪ ਲਵਾ ਚੁੱਕੇ ਹੋ ਸਰਕਾਰੀ ਸਕੀਮ ਦਾ ਲਾਭ ਲੈ ਕੇ ਦੁਬਾਰਾ ਨਹੀਂ ਮਿਲਨੇ ਉਹ ਕਿਸਾਨ ਇਸ ਸਕੀਮ ਦੀ ਅਪਲਾਈ ਨਹੀਂ ਕਰ ਸਕਦੇ ਤਾਂ ਇਸ ਕਰਕੇ ਪਹਿਲਾਂ ਲਾਭ ਲਿਆ ਤਾਂ ਦੁਬਾਰਾ ਅਪਲਾਈ ਨਹੀਂ ਕਰਨਾ ਅਗਰ ਜੇ ਇਸ ਕਿਸਾਨ ਇਸ ਸਕੀਮ 'ਤੇ ਅਪਲਾਈ ਕਰਦੇ ਹਨ ਤਾਂ ਉਹਨਾਂ ਵੱਲੋਂ ਜਮ੍ਹਾਂ ਕੀਤੀ ਗਈ ਰਕਮ ਵੀ ਸਰਕਾਰ ਵੱਲੋਂ ਜ਼ਬਤ ਕਰ ਲਈ ਜਾਊਗੀ ਤੇ ਅਗਰ ਇਸੇ ਤਰ੍ਹਾਂ ਜਿਹੇ ਕਿਸਾਨ ਸੋਲਰ ਪੰਪ ਲਗਾਉਣ ਵਿੱਚ ਸਫਲ ਹੋ ਜਾਂਦੇ ਹੈ ਮੰਨ ਲਓ ਕਿ ਕਿਸੇ ਤਰੀਕੇ ਨਾਲ ਸਰਕਾਰ ਨੂੰ ਪਤਾ ਨਹੀਂ ਲੱਗਦਾ ਤੇ ਤੁਸੀਂ ਸਫਲ ਹੋ ਜਾਂਦੇ ਹੋ ਪਰੰਤੂ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਤੁਸੀਂ ਇਹ ਜਿਹੜਾ ਹੈਗਾ ਸੋਲਰ ਪੰਪ ਧੋਖੇ ਦੇ ਨਾਲ ਲਿਆ ਤਾਂ ਤੁਹਾਨੂੰ ਸਾਰੀ ਕੀਮਤ ਸਰਕਾਰ ਨੂੰ ਪੂਰੀ ਕੀਮਤ ਵਾਪਸ ਕਰਨੀ ਪਊਗੀ ਜਾਂ ਤੁਹਾਡਾ ਜਿਹੜਾ ਸੋਲਰ ਪੰਪ ਹੈ ਉਹ ਪੇਡਾ ਵੱਲੋਂ ਪੁੱਟ ਲਿਆ ਜਾਊਗਾ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਕਿਸਾਨ ਕੋਲ ਸੋਲਰ ਪੰਪ ਲਗਾਉਣ ਲਈ ਪਿੰਡ ਵਿੱਚ ਲੜੀਂਦੀ ਜ਼ਮੀਨ ਇੱਕ ਥਾਂ ਤੇ ਇਕੱਠੀ ਹੋਣੀ ਚਾਹੀਦੀ ਹੈ ਇਹ ਸਭ ਤੋਂ ਵੱਡੀ ਸ਼ਰਤ ਹੈ ਕਿ ਜਿਹੜੇ ਤੁਸੀਂ ਮੰਨ ਲਓ ਤਿੰਨ ਕਿੱਲੇ ਜਾਂ ਪੰਜ ਕਿੱਲੇ ਦਿਖਾ ਰਹੇ ਹੋ ਇੱਕੋ ਜਗ੍ਹਾ ਤੇ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਪੰਪ ਦੇ ਨਾਲ ਸਿੰਚਾਈ ਕੀਤੀ ਜਾਵੇ ਕਿਸਾਨ ਵੱਲੋਂ ਜ਼ਮੀਨ ਦੀ ਮਾਲਕੀ ਦੇ ਸਬੂਤ ਹੋਜੋ ਖੇਵਟ ਖਤੌਨੀ ਖਸਰਾ ਨੰਬਰ ਦਰਸਾਉਂਦਾ ਪਟਵਾਰੀ ਦਾ ਸਰਟੀਫਿਕੇਟ ਜੋ ਕਿ ਇਸ ਸਕੀਮ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਜਾਂ ਉਸ ਤੋਂ ਬਾਅਦ ਜਾਰੀ ਕੀਤਾ ਗਿਆ ਹੋਵੇ ਤੇ ਬਿਨੈ ਪੱਤਰ ਦੇ ਨਾਲ ਜੋ ਮੈਂ ਤੁਹਾਨੂੰ ਨੈਕਜ਼ਰ ਦਿਖਾਵਾਂਗਾ ਉਹਦੇ ਵਿੱਚ ਭਰ ਕੇ ਨਾਲ ਲੱਗਿਆ ਹੋਣਾ ਚਾਹੀਦਾ ਓਨਾ ਕਿਸਾਨਾਂ ਨੂੰ ਸੋਲਰ ਪੰਪ ਲਾਟ ਨਹੀਂ ਕੀਤੇ ਜਾਣਗੇ ਜਿਨ੍ਹਾਂ ਦੇ ਆਪਣੇ ਨਾਮ ਜਾਂ ਕਿਸੇ ਪਰਿਵਾਰਿਕ ਮੈਂਬਰ ਦੇ ਨਾਮ ਤੇ ਖੇਤੀ ਦੀ ਸਿੰਚਾਈ ਲਈ ਬਿਜਲੀ ਦਾ ਕਨੈਕਸ਼ਨ ਲਿਆ ਹੋਇਆ ਹੈ ਅਤੇ ਕਿਸਾਨ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਖੇਤੀ ਦੀ ਸਿੰਚਾਈ ਲਈ ਉਹਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਬਿਜਲੀ ਕਨੈਕਸ਼ਨ ਨਾਂ ਦਿੱਤੇ ਹੋਣ ਦਾ ਸਰਟੀਫਿਕੇਟ ਬਿਨੇ ਪੱਤਰ ਨਾਲ ਨੈਗਜ਼ਰ 2 ਅਨੁਸਾਰ ਜਮ੍ਹਾਂ ਕਰਾਉਣਾ ਹੋਵੇਗਾ ਸਮਝ ਗਏ ਕਿ ਤੁਹਾਡੇ ਨਾਮ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਤੁਹਾਨੂੰ ਇੱਕ ਇਹਦਾ ਸਰਟੀਫਿਕੇਟ ਵੀ ਦੇਣਾ ਪਊਗਾ ਇੱਕ ਹਲਪੀਆ ਬਿਆਨ ਵੀ ਦੇਣਾ ਹੋਊਗਾ ਕਿ ਅਸੀਂ ਇਸ ਸਰਕਾਰ ਤੋਂ ਪਹਿਲਾਂ ਜਿਹੜਾ ਹੈਗਾ ਕੋਈ ਕਨੈਕਸ਼ਨ ਨਹੀਂ ਲਿਆ ਹੋਇਆ ਜੋ ਕਿਸਾਨ ਲਗੂ ਮਾਈਕਰੋ ਸਿੰਚਾਈ ਯੋਜਨਾ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਆਪਣੀਆਂ ਅਰਜ਼ੀਆਂ ਖੇਤੀਬਾੜੀ ਬਾਗਬਾਨੀ ਜਾਂ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਜਮ੍ਹਾਂ ਕਰਾਉਣਾ ਹੋਊਗਾ ਜਿਸ ਵਿੱਚ ਲਿਖਿਆ ਹੋਵੇ ਕਿ ਕਿਸਾਨ ਦੀ ਜ਼ਮੀਨ ਵਿੱਚ ਡੀਜ਼ਲ ਪੰਪ ਨਾਲ ਚੱਲਣ ਵਾਲਾ ਡ੍ਰਿਪ ਇਰੀਗੇਸ਼ਨ ਜਾਂ ਫੁਵਾੜਾ ਸਿਸਟਮ ਲੱਗਿਆ ਹੋਇਆ ਹੈ ਜਾਂ ਇਹਦਾ ਹਲਫੀਆ ਬਿਆਨ ਕਿਸਾਨ ਖੁਦ ਤਸਦੀਕ ਕਰਕੇ ਦੇਵੇਗਾ ਮੈਂ ਕਿ ਦੋ ਚੀਜ਼ਾਂ ਆ ਗਈਆਂ ਜਾਂ ਤੇ ਇਹਨਾਂ ਦਫ਼ਤਰਾਂ 'ਚ ਚੱਕਰ ਲਾ ਕੇ ਉਹਨਾਂ ਤੋਂ ਸਰਟੀਫਿਕੇਟ ਲਾਓ ਜਾਂ ਤੁਸੀਂ ਖੁਦ ਵੀ ਹਲਫੀਆ ਬਿਆਨ ਦੇ ਸਕਦੇ ਹੋ ਮਤਲਬ ਕਿ ਜਿਹੜੇ ਕਿਸਾਨ ਨੇ ਮਾਈਕਰੋ ਇਰੀਗੇਸ਼ਨ ਆਸਤੇ ਪੰਪ ਲੈਣਾ ਹੈ ਉਹ ਕਿਸਾਨ ਜਿਹੜਾ ਪਹਿਲਾਂ ਮਾਈਕਰੋ ਇਰੀਗੇਸ਼ਨ ਆਸਤੇ ਡੀਜ਼ਲ ਪੰਪ ਵਰਤ ਰਿਹਾ ਹੈ ਡ੍ਰਿਪ ਆਸਤੇ ਡੀਜ਼ਲ ਪੰਪ ਵਰਤ ਰਿਹਾ ਉਹ ਕਿਸਾਨ ਵੀ ਇਹਦੇ ਵਿੱਚ ਅਪਲਾਈ ਕਰ ਸਕਦਾ ਹੈ ਹਰੇਕ ਕਿਸਾਨ ਨੂੰ ਆਪਣੇ ਆਧਾਰ ਕਾਰਡ ਦੀ ਕਾਪੀ ਬਿਨੈ ਪੱਤਰ ਨਾਲ ਲਾਉਣੀ ਪਊਗੀ ਅਨਸੂਚੇ ਜਾਤੀ ਦੇ ਕਿਸਾਨਾਂ ਨੂੰ ਅਨਸੂਚੇ ਜਾਤੀ ਦਾ ਸਰਟੀਫਿਕੇਟ ਲਗਾਉਣਾ ਪਊਗਾ ਤੇ ਕਿਸਾਨਾਂ ਨੂੰ 27 ਜੁਲਾਈ 2020 ਨੂੰ 4 ਵਜੇ ਤੱਕ ਆਨਲਾਈਨ ਵਿਧੀ ਰਹੀਂ www.pedasolarpumps.com ਤੇ ਜਮ੍ਹਾਂ ਕਰਾਉਣੀਆਂ ਪੈਣਗੀਆਂ ਪੰਜਾਬ ਦੀਆਂ HDFC ਬੈਂਕ ਦੀਆਂ ਬ੍ਰਾਂਚਾਂ ਵੱਲੋਂ ਕਿਸਾਨ ਦੀ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਨ ਵਿੱਚ ਮਦਦ ਕੀਤੀ ਜਾਊਗੀ ਤੇ ਇਸ ਦੀ ਕੋਈ ਵੀ ਫੀਸ HDFC ਵੱਲੋਂ ਨਹੀਂ ਲਈ ਜਾਊਗੀ ਜਦੋਂ ਵੀ ਕਿਸਾਨ ਇਸ ਵੈਬਸਾਈਟ ਤੇ ਜਾਊਗਾ ਨਿਊ ਰਜਿਸਟਰ ਟੈਬ ਤੇ ਉਹ ਆਪਣਾ ਕਲਿੱਕ ਕਰੂਗਾ ਉੱਥੇ ਉਹਦਾ ਅਕਾਊਂਟ ਬਣੂਗਾ ਯੂਜ਼ਰ ਆਈਡੀ ਤੇ ਪਾਸਵਰਡ ਉਹਨੂੰ ਮਿਲੇਗਾ ਇਸ ਤੋਂ ਬਾਅਦ ਸਾਈਨ ਇਨ ਤੇ ਕਲਿੱਕ ਕਰੂਗਾ ਫਿਰ ਦੁਬਾਰਾ ਆਪਣਾ ਬਿਨੇ ਪੱਤਰ ਫਾਰਮ ਉਹ ਚੁਣੂਗਾ ਜਿੱਥੇ ਦੋ ਤਰ੍ਹਾਂ ਦੇ ਬਿਨੇ ਪੱਤਰ ਉਪਲਬਧ ਹੋਣਗੇ ਇੱਕ ਤਾਂ 22 ਸੁਰੱਖਿਅਤ ਬਲਾਕਾਂ ਵਾਸਤੇ ਤੇ ਦੂਜੇ ਡਾਰਕ ਜ਼ੋਨਾਂ ਦੇ ਲਈ ਤਾਂ ਕਿਸਾਨ ਜਿਸ ਵੀ ਜੋਂਨ ਦੇ ਵਿੱਚ ਆਉਂਦਾ ਉਸ ਤਰੀਕੇ ਦਾ ਫਾਰਮ ਭਰੇਗਾ ਤੇ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ HDFC ਬੈਂਕ ਦੀ ਹੈਲਪ ਲੈ ਸਕਦੇ ਹੋ ਤਾਂ ਇਸ ਤੋਂ ਬਾਅਦ ਚ ਪਰੰਪਰਕੇ ਆਪਾਂ ਜਿਹੜਾ ਹੈਗਾ ਨਾਲ ਦੀ ਨਾਲ ਆਨਲਾਈਨ ਪੇਮੈਂਟ ਕਰ ਸਕਦੇ ਹਾਂ ਜੇਕਰ ਤੁਸੀਂ ਆਨਲਾਈਨ ਪੇਮੈਂਟ ਨਹੀਂ ਕਰ ਸਕਦੇ ਤਾਂ ਉਸ ਜਗ੍ਹਾ ਤੋਂ ਇੱਕ ਤੁਹਾਨੂੰ ਜਿਹੜਾ ਹੈਗਾ ਚਲਾਨ ਫਾਰਮ ਨਿਕਲੇਗਾ ਤੇ ਚਲਾਨ ਫਾਰਮ ਦਾ ਪ੍ਰਿੰਟ ਆਊਟ ਲੈ ਕੇ ਤੁਸੀਂ HDFC ਬੈਂਕ ਦੇ ਵਿੱਚ ਜਾ ਕੇ ਉਹਨੂੰ ਜਮ੍ਹਾਂ ਕਰਵਾ ਸਕਦੇ ਹੋ ਤਾਂ ਤੁਹਾਡਾ ਪੈਸਾ ਜਿਹੜਾ ਹੈਗਾ ਜਮ੍ਹਾਂ ਹੋ ਜਾਏਗਾ ਵਿਦੇਰੇ ਡਿਟੇਲ ਆਸਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹ PDF ਦਿੱਤੀ ਹੋਈ ਹੈ ਇਸ ਨੂੰ ਪੜ ਲਵੋ ਤੇ ਪੜ ਕੇ ਚੰਗੇ ਤਰੀਕੇ ਦੇ ਨਾਲ ਫਾਰਮ ਨੂੰ ਭਰੋ ਤਾਂ ਕਿ ਕਿਸੇ ਕਿਸਮ ਦੀ ਕੋਈ ਗਲਤੀ ਨਾ ਹੋਵੇ ਮੈਂ ਤੁਹਾਨੂੰ ਫਾਰਮ ਦਿਖਾ ਦਿੰਦਾ ਕਿ ਕਿਸ ਤਰੀਕੇ ਦਾ ਹੋਊਗਾ ਇਹ ਐਪਲੀਕੇਸ਼ਨ ਨੰਬਰ ਆਪਣੇ ਆਪ ਮਿਲੇਗਾ ਇਸ ਜਗ੍ਹਾ ਬਿਨੇਕਰ ਦੀ ਫੋਟੋ ਹੋਏਗੀ ਬਿਨੇਕਰ ਦਾ ਨਾਮ ਪਿਤਾ ਜਾਂ ਪਤੀ ਦਾ ਨਾਮ ਤੇ ਇਸ ਤੋਂ ਅੱਗੇ ਪੂਰਾ ਐਡਰੈਸ ਹੋਏਗਾ ਇਹ ਟੋਟਲ ਸਾਰੀ ਡਿਟੇਲ ਭਰ ਦੇਣੀ ਹੈ ਇਹ ਸਾਰਾ ਆਪਣਾ ਕਿਹੜਾ ਪੰਚਾਇਤ ਦਾ ਉਹ ਡਿਟੇਲ ਭਰ ਦੇਣੀ ਹੈ ਤਾਂ ਇਹ ਸਾਰੀ ਡਿਟੇਲ ਭਰ ਕੇ ਇੱਥੇ ਤੁਸੀਂ ਆਪਣਾ ਖੇਵਟ ਨੰਬਰ ਖਤੌਨੀ ਨੰਬਰ ਖਸਰਾ ਨੰਬਰ ਕਿੰਨੇ ਏਕੜ ਕਿੰਨੇ ਕਨਾਲ ਕਿੰਨੇ ਮਰਲੇ ਉਹ ਸਾਰਾ ਭਰ ਦੇਣਾ ਇਸ ਤੋਂ ਬਾਅਦ ਦਿੱਤੀ ਹੋਈ ਜਾਣਕਾਰੀ ਦੇ ਅਨੁਸਾਰ ਸਾਰੇ ਉੱਤਰ ਦੇਣੇ ਹਨ ਉੱਤਰ ਦੇਣ ਤੋਂ ਬਾਅਦ ਤੁਹਾਡਾ ਫਾਰਮ ਜਿਹੜਾ ਹੈਗਾ ਉਹ ਸਬਮਿਟ ਹੋ ਜਾਏਗਾ ਤਾਂ ਇਸ ਦੇ ਨਾਲ ਇੱਕ ਇਹ ਹਲਫੀਆ ਬਿਆਨ ਅਸੀਂ ਨਾਲ ਦੇਣਾ ਹੈ ਹਲਫੀਆ ਬਿਆਨ ਇਹ ਹੀ ਹੈ ਕਿ ਮੈਂ ਤਸਦੀਕ ਕਰਦਾ ਕਿ ਸਾਡੇ ਕੋਲ ਉਕਤ ਪਿੰਡ ਵਿੱਚ ਇੱਕੋ ਇੱਕੋ ਥਾਂ ਤੇ ਖੇਤੀਬਾੜੀ ਵਾਲੀ ਜਗ੍ਹਾ ਵਾਲੀ ਝਗੜਾ ਰਹਿਤ ਲੜਿੰਦੀ ਜ਼ਮੀਨ ਹੈ ਮੈਂ ਜਾਂ ਅਸੀਂ ਇਸ ਸੋਲਰ ਪੰਪ ਦੀ ਵਰਤੋਂ ਖੇਤੀਬਾੜੀ ਦੀ ਸਿੰਚਾਈ ਲਈ ਕਰਾਂਗੇ ਇਹ ਸੋਲਰ ਪੰਪ ਮੈਂ ਕਿਸੇ ਨੂੰ ਵੇਚਾਂਗਾ ਨਹੀਂ ਨਾ ਹੀ ਕਿਸੇ ਦੇ ਨਾਂ ਤਬਦੀਲ ਕਰਾਂਗਾ ਅਸੀਂ ਇਹ ਵੀ ਤਸਦੀਕ ਕਰਦੇ ਹਾਂ ਕਿ ਅਸੀਂ ਜਾਂ ਮੇਰੇ ਕਿਸੇ ਪਰਿਵਾਰਕ ਮੈਂਬਰ ਵੱਲੋਂ ਪਿਛਲੇ ਸਾਲਾਂ ਦੌਰਾਨ ਤਿੰਨ ਹਸ ਪਾਵਰ ਜਾਂ ਇਸ ਤੋਂ ਬਾਅਦ ਸਮਰੱਥਾ ਦਾ ਸੋਲਰ ਪੰਪ ਕਿਸੇ ਸਰਕਾਰੀ ਵਿਭਾਗ ਨਵਾਰਡ ਦੀ ਸਕੀਮ ਦੀ ਨਹੀਂ ਲਗਵਾਇਆ ਗਿਆ ਪੀਐਸਪੀਸੀਐਲ ਵੱਲੋਂ ਮੇਰੇ ਸਾਡੇ ਜਾਂ ਕਿਸੇ ਪਰਿਵਾਰਕ ਮੈਂਬਰ ਦੇ ਨਾਮ ਤੇ ਕੋਈ ਕਨੈਕਸ਼ਨ ਨਹੀਂ ਦਿੱਤਾ ਗਿਆ ਤਾਂ ਮੈਂ ਅਸੀਂ ਸਕੀਮ ਦਾ ਪੂਰਾ ਦਸਤਾਵੇਜ਼ ਚੰਗੀ ਤਰ੍ਹਾਂ ਪੜ੍ਹ ਲਿਆ ਇਹਦੇ ਨਿਯਮ ਪੜ੍ਹ ਲਏ ਆ ਇਹ ਸਾਰਾ ਕਰਕੇ ਨੀਚੇ ਆਪਣੇ ਸਾਈਨ ਸਾਈਨ ਕਰਕੇ ਜਿਹੜਾ ਹੈਗਾ ਤੁਹਾਡਾ ਇਹ ਕਿ ਹਲਫੀਆ ਬਿਆਨ ਹੋ ਜਾਏਗਾ ਜਿਹੜਾ ਕਿ ਤਸਦੀਕ ਸੁਧਾ ਹੋਏਗਾ ਤਾਂ ਇਸ ਤਰੀਕੇ ਦੇ ਨਾਲ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਇਹ ਸਬਮਿਟ ਹੋ ਜਾਏਗੀ ਬਾਕੀ ਮੈਂ ਫੇਰ ਬੇਨਤੀ ਕਰਦਾ ਕਿ ਇਹ ਜਿਹੜਾ ਹੈਗਾ ਪੂਰੇ ਦੀ ਪੂਰੀ ਪੀਡੀਐਫ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੀ ਗਈ ਹੈ ਤਾਂ ਇਸੇ ਦੇ ਵਿੱਚ ਹੀ ਤੁਹਾਡੇ ਜੋ ਵੀ ਸਰਟੀਫਿਕੇਟ ਤੁਹਾਨੂੰ ਚਾਹੀਦੇ ਆ ਉਹ ਸਾਰੇ ਦਿੱਤੇ ਗਏ ਆ ਇਹ ਜੇ ਤੁਸੀਂ ਸਰਟੀਫਿਕੇਟ ਦੇਣੇ ਆ ਇਹਨਾਂ ਦੀ ਜਗ੍ਹਾ ਤੇ ਤੁਹਾਡਾ ਖੁਦ ਦਾ ਹਲਫੀਆ ਬਿਆਨ ਵੀ ਚੱਲ ਸਕਦਾ ਹੈ ਤੇ ਉਹ ਵੀ ਤੁਸੀਂ ਉੱਥੇ ਜਾ ਕੇ ਸਬਮਿਟ ਕਰ ਸਕਦੇ ਹੋ ਤਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਪੰਜਾਬ ਸ਼ੁਰੂ ਹੋ ਚੁੱਕੀ ਹੈ ਆਖਰੀ ਮਿਤੀ 27 ਜੁਲਾਈ 2020 ਹੈ ਜਲਦੀ ਤੋਂ ਜਲਦੀ ਫਾਰਮ ਭਰੋ ਤਾਂ ਕਿ ਪਹਿਲ ਦੇ ਆਧਾਰ ਤੇ ਚ ਕਨੈਕਸ਼ਨ ਮਿਲਨੇ ਹੈ ਜਿਹੜੇ ਪਹਿਲਾਂ ਫਾਰਮ ਭਰੇਗੇ ਉਹਨਾਂ ਨੂੰ ਪਹਿਲਾਂ ਲਿਆ ਜਾਊਗਾ ਕੇਵਲ 4600 ਫਾਰਮ ਆਨਲਾਈਨ ਸਬਮਿਟ ਹੋਣੇ ਹੈ ਵਧੇਰੇ ਜਾਣਕਾਰੀ ਲਈ ਪਾਰਟ 1 ਦਾ ਜਮਾ ਅਪਲੋਡ ਕੀਤਾ ਹੋਇਆ ਉਹ ਦੇਖ ਸਕਦੇ ਹੋ ਤੇ ਵੱਡੀ ਗੱਲ ਇਹ ਹੈਗੀ ਹੈ ਕਿ ਧੋਖੇਬਾਜ਼ਾਂ ਤੋਂ ਬਚੋ HDFC ਬੈਂਕ ਤੁਹਾਡੀ ਮਦਦ ਕਰੇਗਾ ਆਨਲਾਈਨ ਐਪਲੀਕੇਸ਼ਨ ਜਮਾ ਕਰਨ ਦੇ ਵਿੱਚ ਤੇ ਆਨਲਾਈਨ ਐਪਲੀਕੇਸ਼ਨ ਜਮਾ ਹੋਣੇ ਆਪਣੇ ਸਰਟੀਫਿਕੇਟ ਤੇ ਹੋਰ ਡਿਟੇਲ ਲਈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੈ ਉੱਥੋਂ ਤੁਸੀਂ ਇਹ ਪੂਰੀ PDF ਪੜ ਲਵੋ ਪੜ ਕੇ ਤੇ ਉਸੇ ਤਰੀਕੇ ਨਾਲ ਜਲਦੀ ਤੋਂ ਜਲਦੀ ਅਪਲਾਈ ਕਰੋ